ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ। ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਹੰਗਾਮਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਤੋਂ ਖੋਇਆ ਮਾਈਕ। ਬਠਿੰਡਾ ਵਿੱਚ ਵਾਪਰ ਸਕਦਾ ਸੀ ਅੰਮ੍ਰਿਤਸਰ ਵਰਗਾ ਰੇਲ ਹਾਦਸਾ, ਛੱਠ ਪੂਜਾ ਕਰਦੇ ਲੋਕ ਰੇਲ ਲਾਈਨ ਤੇ ਚੜੇ। ਲੋਪੋਕੇ ਵਿੱਚ ਪ੍ਰੇਮ ਸਬੰਧਾਂ ਦੇ ਚਲਦਿਆਂ ਘਰ ਬੁਲਾ ਕੇ ਨੌਜਵਾਨ ਦੀ ਕੀਤੀ ਹੱਤਿਆ। ਤੇ ਹੁਸ਼ਿਆਰਪੁਰ ਵਿੱਚ ਬੱਸ ਨਾਲ ਟਕਰਾ ਕੇ ਸੜਕ ਤੇ ਡਿੱਗਣ ਕਾਰਨ 9ਵੀਂ ਦੀ ਵਿਦਿਆਰਥਣ ਦੀ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਿਕਰ ਸਿੰਘ ਚਾਨੋ ਨੂੰ ਜੂਨੀਅਰ ਪ੍ਰਧਾਨ ਅਤੇ ਗੁਰਬਚਨ ਸਿੰਘ ਕਰਮੂਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ ਏ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਮੁੜ ਪ੍ਰਧਾਨ ਦੇ ਅਹੁਦੇ ਵਜੋਂ ਪੇਸ਼ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਦੁਬਾਰਾ ਪ੍ਰਧਾਨ ਚੁਣੇ ਜਾਣ ਤੇ ਸ਼ੁਕਰਾਨਾ ਕਰਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸਤਿਗੁਰੂ ਦੀ ਬੜੀ ਵੱਡੀ ਮਿਹਰ ਹੋਈ ਹੈ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਉਹਨਾਂ ਨੇ, ਅਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਮੈਨੂੰ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈਗਾ। ਸੋ ਅਸੀਂ ਅਰਦਾ ਗੁਰੂ ਮਿਹਰ ਕਰਨ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਸਮਾਂ ਹੈ, ਕਿਉਂਕਿ ਇਸ ਕਰਕੇ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵਾਂ ਗੁਰਪੁਰਬ ਜਿਹੜਾ ਆ ਰਿਹਾ ਹੈ, ਔਰ ਅਸੀਂ ਸਾਰੀ ਸਿੱਖ ਕੌਮ ਬੜੀ ਸ਼ਰਧਾ ਸਤਿਕਾਰ ਦੇ ਨਾਲ ਬਹੁਤ ਵੱਡੀ ਪੱਧਰ 'ਤੇ ਮਨਾਉਣ ਜਾ ਰਹੀ ਹੈ, ਔਰ ਉਹਦੀਆਂ ਜਿਹੜੀਆਂ ਸ਼ੁਰੂਆਤ ਹੈ ਉਹ ਅਸੀਂ ਸੁਲਤਾਨਪੁਰ ਲੋਧੀ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੜਾ ਲੰਮਾ ਸਮਾਂ ਰਹੇ ਸਨ, ਉਸ ਥਾਂ 'ਤੇ ਸਾਰੀਆਂ ਤਿਆਰੀਆਂ 22-23 ਤੋਂ ਸਾਡੀਆਂ ਸ਼ੁਰੂ ਹੋ ਗਈਆਂ। 22-23 ਤਰੀਕ ਨੂੰ ਉੱਥੇ ਅਸੀਂ ਵੱਡੇ ਸਮਾਗਮ ਕਰ ਰਹੇ ਹਾਂ, ਉਹਦੇ ਲਈ ਅਸੀਂ ਬੇਨਤੀ ਵੀ ਕੀਤੀ ਹੈ ਸਾਰੀ ਸਿੱਖ ਕੌਮ ਨੂੰ, ਸਾਰੀਆਂ ਪੰਜਾਬ ਸਰਕਾਰ ਨੂੰ ਵੀ, ਸੈਂਟਰ ਸਰਕਾਰ ਨੂੰ ਵੀ ਚਿੱਠੀਆਂ ਵੀ ਲਿਖਾਂਗੇ ਕਿ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਹੈ ਔਰ ਉਹ ਦਿਨ ਮਨਾਈਏ, ਉਹਨੇ ਸਿੱਖਿਆਵਾਂ ਜੋ ਸਾਨੂੰ ਦਿੱਤੀਆਂ ਨੇ ਸਾਡੇ ਸਮਾਜ ਨੂੰ, ਮਨੁੱਖਤਾ ਵਾਸਤੇ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ, ਉਹ ਇੱਕ ਮੰਚ 'ਤੇ ਬੈ ਕਰਕੇ ਆਪਾਂ ਸਾਰੇ ਉਹ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੀਏ। ਇੱਕ ਪਿੰਡ ਗੁਰਦੁਆਰਾ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਅਸੀਂ, ਉਹ ਵੀ ਕਾਫੀ ਲੋਕਾਂ ਵਿੱਚ ਉਹਦਾ ਵਧੀਆ ਸਾਨੂੰ ਹੁੰਗਾਰਾ ਮਿਲਿਆ, ਬਹੁਤ ਪਿੰਡਾਂ ਵਿੱਚ 3-3, 4-4 ਗੁਰਦੁਆਰੇ ਸੀ, ਉਹਨਾਂ ਨੂੰ ਵੀ ਇੱਕ ਗੁਰਦੁਆਰਾ ਕੀਤਾ, ਉਸ ਮੁਹਿੰਮ ਨੂੰ ਹੋਰ ਵੀ ਅਸੀਂ ਥੋੜ੍ਹਾ ਜਿਹਾ ਆਉਣ ਵਾਲੇ ਸਮੇਂ 'ਚ ਤੇਜ਼ ਕਰਾਂਗੇ। ਦੂਸਰਾ ਸੀ ਧਰਮ ਪ੍ਰਚਾਰ ਲਹਿਰ ਨੂੰ ਅਸੀਂ ਪ੍ਰਚੰਡ ਕੀਤਾ, ਪ੍ਰਚਾਰ ਪ੍ਰਸਾਰ ਲਈ ਲੋਕਾਂ ਤੱਕ ਪਹੁੰਚਾਇਆ, ਬਹੁਤ ਸਾਰੇ ਪ੍ਰਚਾਰਕ ਨਵੇਂ ਭਰਤੀ ਕੀਤੇ, ਧਾਰਮਿਕ ਟੀਚਰ ਭਰਤੀ ਕੀਤੇ, ਉਹਦਾ ਵੀ ਚੰਗਾ ਸਾਨੂੰ ਜਿਹੜਾ ਹੈ ਉਹਦਾ ਰਿਜ਼ਲਟ ਮਿਲਿਆ। 80,000 ਤੋਂ ਵੱਧ ਜਿਹੜੇ ਸਾਡੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਇੰਨਾ ਕਦੇ ਵੀ ਨਹੀਂ ਪਹਿਲਾਂ ਹੋਇਆ। ਇੱਥੋਂ ਸਾਨੂੰ ਲੱਗਦਾ ਕਿ ਉਹਨੂੰ ਹੋਰ ਵੀ ਅਸੀਂ ਤੇਜ਼ ਕਰਾਂਗੇ, ਆਉਣ ਵਾਲੇ ਸਮੇਂ 'ਚ ਨਵੇਂ ਨਵੇਂ ਪ੍ਰੋਗਰਾਮ ਬਣਾ ਕੇ ਅਸੀਂ ਘਰ ਘਰ ਤੱਕ, ਪਿੰਡ ਪਿੰਡ ਤੱਕ ਜਿਹੜਾ ਹੈ ਧਰਮ ਪ੍ਰਚਾਰ ਦੀ ਲਹਿਰ ਨੂੰ ਲੈ ਕੇ ਜਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਏ ਜਨਰਲ ਇਜਲਾਸ ਮੌਕੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੜੇ ਗਏ ਮਤਿਆਂ ਉਪਰੰਤ ਹੰਗਾਮਾ ਹੋ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਡਾਕਟਰ ਕਿਰਪਾਲ ਸਿੰਘ ਇਤਿਹਾਸਕਾਰ ਤੇ ਐਸਟੀਪੀਸੀ ਵੱਲੋਂ ਲਾਏ ਦੋਸ਼ਾਂ ਦੀ ਨਿੰਦਾ ਕਰਨ ਦੌਰਾਨ ਮੈਂਬਰਾਂ ਵੱਲੋਂ ਬੀਬੀ ਕਿਰਨਜੋਤ ਕੌਰ ਤੋਂ ਮਾਈਕ ਖੋਲਿਆ ਗਿਆ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਸੋ ਇਹ ਮੁੱਦੇ ਨੂੰ ਸੁਣਿਆ ਹੀ ਨਹੀਂ ਗਿਆ, ਜਿਹੜਾ ਕਿ ਕੌਮ ਦਾ ਮੁੱਦਾ, ਜਿਹੜਾ ਕਿ ਵਿਚਾਰਨ ਵਾਲਾ ਸ਼੍ਰੋਮਣੀ ਕਮੇਟੀ ਦੇ ਕਰਨ ਵਾਲਾ ਮੁੱਦਾ ਹੈ, ਪਰ ਕਿਉਂਕਿ ਮੇਰੇ ਵਿਚਾਰ ਦੇ ਨਾਲ ਅਸਹਿਮਤੀ ਹੋਈ ਤਾਂ ਲਾਲਾ ਵਾਲਾ ਜਿਹੜਾ ਇੱਕ ਕਲਚਰ ਹੈ, ਮੈਂ ਇਹਦੀ ਬਹੁਤ ਨਿੰਦਾ ਕਰਦੀ ਹਾਂ, ਬਹੁਤ ਮਾੜਾ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਇਜਲਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਕੁਝ ਮੈਂਬਰਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਅਰੇ ਲਾਉਂਦੇ ਇਜਲਾਸ ਤੋਂ ਬਾਹਰ ਚਲੇ ਗਏ। ਕੁੱਲ ਦੁਨੀਆ 'ਚ ਵਸਦਾ ਨਾਨਕ ਨਾਮ ਲੇਵਾ ਸਿੱਖ ਅੱਜ ਇਸ ਹਾਊਸ ਤੇ ਨਿਗਾਹ ਟਿਕਾ ਕੇ ਬੈਠਾ ਹੈ, ਕਿਉਂਕਿ ਨਾਨਕ ਨਾਮ ਲੇਵਾ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਨਰਾਦਰੀ ਤੇ, ਕੋਟਕਪੂਰੇ ਹੋਏ ਗੋਲੀਕਾਂਡ 'ਤੇ, ਉੱਥੇ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਹੋਈ ਸ਼ਹਾਦਤ 'ਤੇ ਕੋਈ ਫੈਸਲਾ ਦੇਖਣਾ ਚਾਹੁੰਦਾ ਅਤੇ ਮੈਂ ਇੱਕ ਫੁਟਕਲ ਮਤਾ ਪੇਸ਼ ਕੀਤਾ, ਸਿੰਘ ਸਾਹਿਬਾਨ ਦੀ ਹਾਜ਼ਰੀ 'ਚ ਮਤਾ ਪੇਸ਼ ਕੀਤਾ, ਪ੍ਰਧਾਨ ਦੀ ਹਾਜ਼ਰੀ 'ਚ ਮਤਾ ਪੇਸ਼ ਕੀਤਾ, ਪਰ ਉਹ ਮਤੇ ਨੂੰ ਪ੍ਰਵਾਨਗੀ ਨਹੀਂ ਦੇਣਾ ਚਾਹੁੰਦੇ। ਪ੍ਰਧਾਨਗੀ ਕਹਿੰਦੇ ਪਹਿਲਾਂ ਜ਼ਰੂਰੀ ਹੈ, ਮੇਰੀ
ਇਹ ਬਾਅਦ 'ਚ ਕਰਾਂਗੇ, ਬਾਅਦ 'ਚ ਤੁਸੀਂ ਇੱਥੇ ਰਹਿਣਾ। ਮੈਂ ਤਾਂ ਵਾਕਆਊਟ ਕਰਨ ਲੱਗਿਆ, ਤੁਸੀਂ ਇੱਥੇ ਰਹਿਣਾ। ਤੁਸੀਂ ਦੇਖ ਲਿਓ ਬਹਿਸ ਕਰਾਉਂਦੇ ਆ, ਬਹਿਸ ਤੋਂ ਕਿਉਂ ਭੱਜਦੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰਿਆਂ ਤੋਂ ਪਹਿਲੀ ਡਿਊਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ, ਅਤੇ ਦੂਸਰੀ ਡਿਊਟੀ ਸਿੱਖ ਕੌਮ ਦੀ ਨੌਜਵਾਨਾਂ ਦੀ ਪੈਰਵੀ ਕਰਨੀ। ਦੋ ਸਿੰਘਾਂ ਦੀ ਸ਼ਹਾਦਤ ਹੋਈ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁੱਖ ਅਤੇ ਅਫਸੋਸ ਹੈ ਕਿ ਉੱਥੇ ਭੁੱਖ ਹੜਤਾਲ 'ਤੇ ਬੈਠੇ ਸਿੰਘ, ਧਰਨਾ ਲੱਗਿਆ ਹੋਇਆ। ਕੁੱਲ ਕੌਮ ਅੱਜ ਇੱਕ ਫੈਸਲਾ ਚਾਹੁੰਦੀ ਹੈ, ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਇਹ ਗੱਲ ਕਹਿਣ ਲੱਗਿਆ, ਦੁੱਖ ਅਤੇ ਅਫਸੋਸ ਹੈ, ਮੂਕ ਦਰਸ਼ਕ ਬਣ ਕੇ ਸਾਡੇ ਮੈਂਬਰ ਅੰਦਰ ਬੈਠੇ ਹਨ, ਕੋਈ ਬੋਲਿਆ, ਕਿਸੇ ਨੇ ਕਿਹਾ ਵੀ ਮਤਾ ਲਿਆਓ, ਬਹਿਸ ਕਰੀਏ। ਦੋ ਕਮਿਸ਼ਨਾਂ ਦੀ ਰਿਪੋਰਟ ਆ ਗਈ, ਦੋ ਕਮਿਸ਼ਨ, ਇੱਕ ਬੰਦੇ ਨੂੰ ਇੱਕ ਪਰਿਵਾਰ ਨੂੰ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੌਮ ਨੂੰ ਦਾਅ 'ਤੇ ਲਾਇਆ ਜਾ ਰਿਹਾ ਜਿਹੜਾ ਕਦਾ ਚਿੱਤ ਪ੍ਰਵਾਨ ਨਹੀਂ, ਇਸ ਕਰਕੇ ਵਾਕਆਊਟ ਕਰਨ ਲੱਗਾ। ਬੀਤੇ ਦਿਨੀ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਦੇ ਜ਼ਖਮ ਅਜੇ ਭਰੇ ਨਹੀਂ ਹਨ ਕਿ ਅੱਜ ਬਠਿੰਡਾ ਵਿੱਚ ਵੀ ਛੱਠ ਪੂਜਾ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਨਹਿਰ ਉੱਤੋਂ ਲੰਘਦੇ ਰੇਲਵੇ ਪੁਲ 'ਤੇ ਬੇਖੌਫ ਖੜ੍ਹੇ ਨਜ਼ਰ ਆਏ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੁਲ ਤੋਂ ਹਟਾਉਣ ਦਾ ਯਤਨ ਵੀ ਕੀਤਾ ਗਿਆ, ਪਰ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਨਜ਼ਰ ਨਹੀਂ ਆਏ। ਦੱਸ ਦਈਏ ਕਿ ਬਠਿੰਡਾ ਵਿੱਚੋਂ ਲੰਘਦੀ ਸਰਹੰਦ ਨਹਿਰ 'ਤੇ ਪ੍ਰਵਾਸੀ ਭਾਈਚਾਰੇ ਵੱਲੋਂ ਛੱਠ ਪੂਜਾ ਕੀਤੀ ਜਾ ਰਹੀ ਸੀ। ਇਸ ਦੌਰਾਨ ਲੋਕ ਨਹਿਰ ਉੱਤੇ ਬਣੇ ਪੁਲ 'ਤੇ ਖੜ੍ਹੇ ਹੋ ਗਏ। ਗੌਰਤਲਬ ਹੈ ਕਿ ਬਠਿੰਡਾ ਫਿਰੋਜ਼ਪੁਰ ਅਤੇ ਬਠਿੰਡਾ ਗੰਗਾਨਗਰ ਰੇਲ ਲਾਈਨਾਂ 'ਤੇ ਗੱਡੀਆਂ ਆਵਾਜਾਈ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਵਿੱਚ ਜੌੜੇ ਫਾਟਕਾਂ ਕੋਲ ਰੇਲ ਲਾਈਨਾਂ 'ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਲੋਕਾਂ ਉੱਪਰ ਜਲੰਧਰ ਤੋਂ ਆ ਰਹੀ DMU ਰੇਲ ਗੱਡੀ ਚੜ੍ਹ ਗਈ ਸੀ। ਹਾਦਸੇ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ 60 ਜਾਨਾਂ ਚਲੀਆਂ ਗਈਆਂ ਸਨ। ਤੁਹਾਡੇ ਸਾਹਮਣੇ ਰੋਕ ਰਹੇ ਹਾਂ, ਹੁਣ ਕਿਹੜਾ ਰੁਕ ਰਹੇ ਆ? ਰੋਕ ਇਹਨਾਂ ਨੂੰ ਕੀ, ਪਬਲਿਕ ਨੂੰ ਨਹੀਂ ਚਾਹੀਦਾ ਸਹਿਯੋਗ ਦੇਣ ਯਾਰ, ਕੋਈ ਮਾੜਾ ਮੋਟਾ ਆਪਦਾ ਫਰਜ਼ ਸਮਝਣ। ਲਾਈਨੋ ਤੇ ਚੱਲੇ, ਗਲਤ ਬਾਤ ਚੱਲਣਾ ਨਹੀਂ ਚਾਹੀਏ ਇਹਨਾਂ ਨੂੰ, ਕਿਉਂਕਿ ਅਭੀ ਅੰਮ੍ਰਿਤਸਰ ਦੇਖੋ ਕਿਆ ਕੁਛ ਹੋ ਕੇ ਹਟਾ, ਫਿਰ ਵੀ ਆ ਪੁਲਿਸ ਵਾਲੇ ਹਟਾ ਰਹੇ ਆ, ਪੁਲਿਸ ਵਾਲੇ ਬਾਤ ਨਹੀਂ ਮੰਨ ਰਹੇ ਆ। ਨਹੀਂ ਆਪਕੋ ਲੱਗਤਾ ਨਹੀਂ ਵੀ ਨਾਕਾਮੀ ਹੈ ਪੁਲਿਸ ਵਾਲੋ ਕੋ, ਸਖਤੀ ਕਰਨੀ ਚਾਹੀਏ? ਉਹ ਸਖਤੀ ਤੋਂ ਕਰਨੀ ਹੈ, ਲੇਕਿਨ ਮੰਨਦੇ ਨਹੀਂ ਭਾਈ। ਪੂਰਾ ਨਾਕਾਮੀ ਲੱਗ ਰਹੀ ਹੈ, ਕਿਉਂਕਿ ਇਹ ਇਸਕੇ ਪਹਿਲੇ ਵੀ ਹਾਦਸਾ ਹੋ ਚੁੱਕਿਆ, ਉਸਕੇ ਬਾਵਜੂਦ ਇਹ ਨਹੀਂ ਸੁਧਾਰ ਰਹਾ ਹੈ, ਸੁਧਾਰ ਹੋ ਰਹਾ ਹੈ ਕਾਨੂੰਨੀ ਵਿਵਸਥਾ ਮੇਂ। ਕਿਤਨੇ ਲੋਕ ਆਏ, ਕੋਈ ਪੁਲਿਸ ਮੁਲਾਜ਼ਮ ਦਿਖ ਰਹਾ ਆਪਕੋ? ਪੁਲਿਸ ਮੁਲਾਜ਼ਮ ਤੋਂ ਦਿਖ ਰਹਾ ਹੈ, ਇਹ 10-20 ਦਿਖ ਰਹੇ, ਉਸਸੇ ਪਹਿਲੇ ਸੁਧਾਰ ਹੋਣਾ ਥਾ, 10-20 ਆ ਕਰਕੇ ਕਿਆ ਕਰੇਂਗੇ ਇਸਕੋ, ਇਤਨਾ ਵਿਵਸਥਾ ਕੋ ਕੈਸੇ ਰੋਕ ਸਕਤੇ ਹੈ, ਪਹਿਲੇ ਸੇ ਹੀ ਆਉਣਾ ਥਾ ਇਨਕੋ, ਪਹਿਲੇ ਸੇ ਰੋਕਣਾ ਥਾ, ਐਸੇ ਕਰਕੇ ਕੈਸੇ ਵਿਵਸਥਾ ਕੋ ਰੋਕਾ ਜਾ ਸਕਤਾ, ਕਭੀ ਰੁਕ ਹੀ ਨਹੀਂ ਸਕਤਾ ਇਸੇ, ਅਭੀ ਆ ਗਏ ਹੈ 5-10, ਇਸੇ ਕੈਸੇ ਰੋਕੇਗਾ, ਕਭੀ ਨਹੀਂ ਰੁਕ ਸਕਤਾ ਹੈ, ਪਹਿਲੇ ਸੇ ਹੀ ਰੋਕਣਾ ਥਾ, ਔਰ ਕੱਲ੍ਹ ਵੀ ਐਸਾ ਹੀ ਹੋਗਾ, ਕੱਲ੍ਹ ਇਸੇ ਪਹਿਲੇ ਕਾਨੂੰਨੀ ਵਿਵਸਥਾ ਬਣਾਉਣਾ ਥਾ, ਨਹੀਂ ਬਣਾਇਆ ਅਭੀ ਤੱਕ। ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਬੀਤੀ ਰਾਤ ਇੱਕ ਨੌਜਵਾਨ ਦੀ ਪ੍ਰੇਮ ਸਬੰਧਾਂ ਦੇ ਚਲਦੇ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਧਰਮਵੀਰ ਸਿੰਘ ਨੂੰ ਬੀਤੀ ਰਾਤ ਕਮਲਜੀਤ ਕੌਰ ਨੇ ਫੋਨ ਕਰਕੇ ਆਪਣੇ ਘਰ ਬੁਲਾਇਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਖੇਤਾਂ ਵਿੱਚ ਸੁੱਟ ਦਿੱਤਾ। ਪਤਾ ਲੱਗਣ 'ਤੇ ਧਰਮਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ 4 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਏ। ਉਹਨੂੰ ਰਾਤ ਫੋਨ ਆਇਆ ਸੀ, ਉਹ ਕਿ ਮੈਨੂੰ ਕਹਿੰਦਾ ਕਿ ਮੈਂ ਗੱਲ ਰੋਟੀ ਖਾਣ ਡਿਆ, ਮੈਨੂੰ ਕਹਿੰਦਾ ਮੈਂ ਗੱਲ ਸੁਣ ਕੇ ਆ ਜਾਂਦਾ, ਉਹ ਵਾਪਸ ਨਹੀਂ ਆਇਆ। ਉਹਨਾਂ ਨੇ ਉਹਨੂੰ ਘਰ ਸੱਦ ਕੇ ਫੋਨ ਕੀਤਾ, ਘਰ ਸੱਦ ਕੇ ਉਹਨਾਂ ਨੇ ਮਾਰ ਕੁੱਟ ਕੇ ਪੈਲੀ ਸੁੱਟ ਦਿੱਤਾ। ਮੁੜ ਕੇ ਘਰ ਆਣ ਕੇ ਦੱਸਿਆ ਆ ਕਿ ਅਸੀਂ ਤੁਹਾਡੇ ਬੰਦੇ ਨੂੰ ਮਾਰ ਕੁੱਟ ਕੇ ਅਤੇ ਲਾਏ, ਉਹ ਅਸੀਂ ਮਾਰ ਕੁੱਟ ਕੇ ਸੁੱਟ ਦਿੱਤਾ ਉਹਨੂੰ। ਫਿਰ ਅਸੀਂ ਲੈਣ ਦਾ ਉਹਨੂੰ ਚੁੱਕਣ ਨਹੀਂ ਦਿੰਦੇ ਪੈਲੀ 'ਚੋਂ, ਉਹ ਕਹਿੰਦੇ ਅਸੀਂ ਨਹੀਂ ਚੁੱਕਣ ਦੇਣਾ ਨਾ ਅਸੀਂ ਪਾਣੀ ਪਿਆਉਣ ਦੇਣਾ। ਫਿਰ ਅਸੀਂ ਪੰਚਾਇਤ ਇਕੱਠੀ ਕੀਤੀ, ਫਿਰ ਉਹਨੇ ਰੌਲਾ ਰੁਲਾ ਪਾਇਆ ਪੰਚਾਇਤ ਨੇ, ਫਿਰ ਉਹਨਾਂ ਨੇ ਫਿਰ ਸਾਨੂੰ ਚੁੱਕਣ ਦਿੱਤਾ ਅਤੇ ਫਿਰ ਐਂਬੂਲੈਂਸ ਮੰਗਾਈ, ਫਿਰ ਅਸੀਂ ਸ਼ਹਿਰ ਘੱਲਿਆ ਗੁਰੂ ਨਾਨਕ ਹੋਸਪਿਟਲ। ਫਿਰ ਉੱਥੇ ਉਹਦਾ ਇਲਾਜ ਚੱਲਿਆ, ਉੱਥੇ ਉਹਨਾਂ ਟਾਂਕੇ ਲੱਗੇ ਲਾਉਣ 'ਤੇ ਉਹਨਾਂ ਦੀ ਮੌਤ ਹੋ ਗਈ। ਗੁਰਭੇਜ ਸਿੰਘ, ਮਾਣੀ, ਕਵਲਜੀਤ ਕੌਰ, ਜਗੀਰ ਸਿੰਘ। ਤੁਹਾਡੇ ਕਿੰਨੇ ਬੱਚੇ ਨੇ? 3 ਬੱਚੇ। ਵਿਆਹ ਨੂੰ ਕਿੰਨਾ ਚਿਰ ਹੋ ਗਿਆ? 8 ਸਾਲ ਹੋ ਗਏ। ਤੇ ਤੁਹਾਡਾ ਇੱਥੇ ਪਰਚਾ ਦਰਜ ਹੋ ਗਿਆ ਹੁਣ? ਹਾਂਜੀ।
ਘਟਨਾ ਇਸ ਤਰ੍ਹਾਂ ਦੱਸਿਆ ਜੀ, ਇਸ ਬਿਆਨਾਂ ਦੇ ਮੁਤਾਬਕ ਜਿਹੜੀ ਮਾਤਾ ਹੈ ਇਹਦੀ ਮ੍ਰਿਤਕ ਦੀ, ਵੀ ਇਹਨੂੰ ਕੱਲ੍ਹ ਇਹ ਰੋਟੀ ਖਾ ਰਹੇ ਸੀਗੇ ਆਪਣੇ ਘਰ ਰਾਤ 10 ਵਜੇ, ਅਤੇ ਬੇਟਾ ਕਹਿਣ ਲੱਗਾ ਕਿ ਮੈਨੂੰ ਜਿਹੜੀ ਕਵਲਜੀਤ ਕੌਰ ਆ ਉਰਫ ਮਾਣੀ, ਜਿਹੜੀ ਕਿ ਇਹਦੇ ਦੋਸਤ ਦੀ ਜਿਹੜੀ ਸਕੀ ਮਤਲਬ ਘਰਵਾਲੀ ਸੀ, ਅਤੇ ਜਿਹੜਾ ਇਹਦਾ ਦੋਸਤ ਆ ਸਾਹਿਬ ਸਿੰਘ, ਉਹਦੀ ਪਹਿਲੋਂ 1 ਸਾਲ ਪਹਿਲੇ ਮੌਤ ਹੋ ਗਈ ਸੀ। ਕਾਫੀ ਇਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਸੀ ਦੋਵਾਂ ਪਰਿਵਾਰਾਂ ਦਾ, ਅਤੇ ਇਹ ਕੰਮ ਵਾਸਤੇ ਮਤਲਬ ਉੱਧਰ ਬੁਲਾਇਆ ਸੀ। ਇਹ ਧਰਮਵੀਰ ਜਿਹੜਾ ਸੀ ਉਹ ਕਵਲਜੀਤ ਕੌਰ ਔਰ ਮਾਣੀ ਦੇ ਘਰ ਗਿਆ, ਉੱਥੇ ਦੋਸ਼ੀ ਜਿਹੜਾ ਜਗੀਰ ਸਿੰਘ ਆ, ਹਰਭੇਜ ਸਿੰਘ ਆ, ਇੱਕ ਰਾਣੀ ਹੈ, ਇਹਨਾਂ ਨੇ ਮਤਲਬ ਮਿਲ ਕੇ ਸਾਰਿਆਂ ਨੇ, ਅਤੇ ਉਹਨੂੰ ਉੱਥੇ ਗੁਲਜ਼ਾਰ ਸਿੰਘ ਦਾ ਖੇਤ ਹੈ ਝੋਨੇ ਦਾ ਖਾਲੀ, ਉੱਥੇ ਮਾਰ ਕੁਟਾਈ ਕਰਕੇ ਬਹੁਤ ਗੰਭੀਰ ਸੱਟਾਂ ਲਾਤੀਆਂ, ਅਤੇ ਸੱਟਾਂ ਲਾਉਣ ਤੋਂ ਬਾਅਦ ਇਹਨਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਾਇਆ ਵਾਰਸਾਂ ਨੇ। ਉੱਥੇ ਇਹਦੀ ਜਿਹੜੀ ਦੌਰਾਨ ਇਲਾਜ ਅੱਜ ਸੁਬਹਾ ਜਿਹੜੀ ਮੌਤ ਹੋ ਗਈ, ਅਤੇ ਅੱਜ ਬਿਆਨ ਲਿਖ ਕੇ 302 IPC ਦੇ ਤਹਿਤ ਜਿਹੜਾ ਪਰਚਾ ਦਰਜ ਕਰਕੇ ਅਤੇ ਤਫਤੀਸ਼ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਡੂ ਅਤੇ ਡਾਂਡੀਆਂ ਨੂੰ ਜਾਣ ਵਾਲੀ ਸੜਕ 'ਤੇ ਸਵੇਰੇ ਵਾਪਰੇ ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 14 ਸਾਲਾਂ ਵਿਦਿਆਰਥਣ ਜਪਨਪ੍ਰੀਤ ਕੌਰ 9ਵੀਂ ਕਲਾਸ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੱਡੋ ਵਿਖੇ ਪੜ੍ਹਦੀ ਸੀ। ਰੋਜ਼ਾਨਾ ਦੀ ਤਰ੍ਹਾਂ ਸਾਈਕਲ 'ਤੇ ਸਕੂਲ ਜਾਂਦੇ ਸਮੇਂ ਡਾਂਡੀਆਂ ਬੱਡੋ ਮਾਰਗ 'ਤੇ ਪਿੱਛੋਂ ਡਾਂਡੀਆਂ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਪਨਪ੍ਰੀਤ ਕੌਰ ਕੋਲੋਂ ਲੰਘੀ ਤਾਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਕੇ ਸੜਕ 'ਤੇ ਡਿੱਗ ਗਈ। ਇਸ ਦੌਰਾਨ ਵਿਦਿਆਰਥਣ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਡਾਂਡੀਆਂ, ਜੋ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ 9ਵੀਂ ਕਲਾਸ ਦੀ ਵਿਦਿਆਰਥਣ ਸੀ, ਜੋ ਕਿ ਅੱਜ ਤਕਰੀਬਨ 8 ਵਜੇ ਦੇ ਕਰੀਬ ਆਪਣੇ ਘਰ ਤੋਂ ਸਕੂਲ ਨੂੰ ਸਾਈਕਲ 'ਤੇ ਜਾ ਰਹੀ ਸੀ, ਅਤੇ ਜਿਹੜੀ ਕਿ ਪੰਜਾਬ ਰੋਡਵੇਜ਼ ਦੀ ਬੱਸ ਜੋ ਵੱਡੋ ਨੂੰ ਉਹ ਵੀ ਜਾ ਰਹੀ ਸੀ 8 ਵਜੇ ਦੇ ਕਰੀਬ, ਜਿਸ ਕਰਕੇ ਸੜਕ 'ਤੇ ਲੜਕੀ ਦਾ ਸਾਈਕਲ ਦਾ ਬੈਲੈਂਸ ਵਿਗੜਨ ਕਾਰਨ ਸੜਕ 'ਤੇ ਬੱਸ ਦੇ ਪਿੱਛੇ ਲੱਗ ਕੇ ਪਿੱਛੇ ਡਿੱਗ ਪਈ, ਬੱਸ ਦੇ ਪਿਛਲੇ ਪਾਸੇ ਲੱਗ ਕੇ, ਜਿਸ ਕਾਰਨ ਉਸਦੀ ਮੌਤ ਹੋ ਗਈ। ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫੌਜ ਮੁਖੀ ਜਨਰਲ JJ ਸਿੰਘ, ਗੁਰਚਰਨ ਸਿੰਘ ਗਿੱਲ, ਵਧੀਕ ਐਡਵੋਕੇਟ ਜਨਰਲ ਰਾਜਸਥਾਨ ਸਰਕਾਰ, ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੂਰੀ ਅਤੇ ਸਾਬਕਾ ਵਿਧਾਇਕ ਸਰਦਾਰ RP ਸਿੰਘ 'ਤੇ ਆਧਾਰਿਤ ਵਫਦ ਨੇ ਰਾਸ਼ਟਰਪਤੀ ਨੂੰ ਸਿੱਖ ਦੰਗਿਆਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ। ਵਫਦ ਨੇ ਮੰਗ ਕੀਤੀ ਕਿ ਸਿੱਖ ਦੰਗਿਆਂ ਦੀ ਦੁਬਾਰਾ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ 3 ਮੈਂਬਰੀ SIT ਵਿੱਚ ਤੀਜੇ ਮੈਂਬਰ ਦੀ ਨਿਯੁਕਤੀ ਛੇਤੀ ਕਰਵਾਈ ਜਾਵੇ। ਦੱਸਣਯੋਗੇ ਕਿ ਸੁਪਰੀਮ ਕੋਰਟ ਨੇ ਜਸਟਿਸ SN ਢਿੰਗਰਾ ਦੀ ਅਗਵਾਈ ਵਿੱਚ 3 ਮੈਂਬਰੀ ਗਠਿਤ ਕੀਤੀ ਸੀ, ਜਿਸ ਦੇ 1 ਮੈਂਬਰ ਨੇ ਆਪਣਾ ਕਾਰਜਕਾਲ ਨਹੀਂ ਸੰਭਾਲਿਆ ਸੀ, ਜਿਸ ਕਾਰਨ SIT ਕੰਮ ਸ਼ੁਰੂ ਨਹੀਂ ਕਰ ਸਕੀ। ਪੰਜਾਬ ਵਿੱਚ ਦਿਨੋ ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਬੀਤੀ ਰਾਤ ਨਾਭਾ ਦੇ ਸੇਵਾ ਕੇਂਦਰ ਵਿੱਚ ਚੋਰਾਂ ਨੇ ਸੰਨ ਲਗਾ ਕੇ ਲਗਭਗ 2 ਲੱਖ ਦੇ ਸਮਾਨ ਦੀ ਚੋਰੀ ਕਰ ਲਈ। ਚੋਰਾਂ ਨੇ ਸੇਵਾ ਕੇਂਦਰ ਵਿੱਚ ਲੱਗੇ 4 ਮੋਨੀਟਰ, 2 UID ਮਸ਼ੀਨਾਂ ਤੋਂ ਇਲਾਵਾ ਹੋਰ ਕਾਫੀ ਸਮਾਨ ਤੇ ਹੱਥ ਸਾਫ਼ ਕੀਤਾ। ਚੋਰੀ ਦੀ ਸਾਰੀ ਘਟਨਾ ਸੇਵਾ ਕੇਂਦਰ ਅੰਦਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਵੇਰੇ ਸਕਿਉਰਟੀ ਗਾਰਡ ਆਏ ਸਾਡੇ 9:45 ਵਜੇ, 9 ਵਜੇ ਟਾਈਮਿੰਗ ਆ ਸਾਡੀ, ਆ ਕੇ ਉਹਨਾਂ ਨੇ ਚੈੱਕ ਕੀਤਾ ਕਿ ਲੌਕ ਟੁੱਟਿਆ ਹੋਇਆ, ਇਨਫੋਰਮ ਕੀਤਾ ਉਹਨਾਂ ਨੇ ਸੀਨੀਅਰ ਮੈਨੇਜਮੈਂਟ ਨੂੰ, ਉਹ ਕਹਿੰਦੇ ਤੁਸੀਂ ਚੈੱਕ ਕਰੋ ਵੀ ਸਮਾਨ ਕੀ ਥੈਫਟ ਹੋਇਆ ਆਪਣੇ ਕੋਲੋਂ, ਅਤੇ ਅਸੀਂ ਲੌਕ ਖੋਲ੍ਹ ਕੇ ਜਦੋਂ ਚੈੱਕ ਕੀਤਾ, ਦਰਵਾਜ਼ਾ ਖੋਲ੍ਹਿਆ ਜਦੋਂ ਅਸੀਂ ਅੰਦਰ ਚੈੱਕ ਕੀਤਾ ਤਾਂ 4 ਸਾਡੇ TFT ਮੋਨੀਟਰ ਸੀਗੇ ਉਹ ਥੈਫਟ ਹੋ ਗਏ, ਅਤੇ 2 UID ਮਸ਼ੀਨਾਂ ਸੀਗੀਆਂ ਕੰਪਲੀਟ UID ਕਿੱਟ ਉਹ ਥੈਫਟ ਹੋ ਗਈਆਂ ਜੀ, ਅਤੇ ਸਾਡਾ 32,230 ਰੁਪਏ ਕੈਸ਼ ਸੀਗਾ ਜਿਹੜਾ ਕੱਲ੍ਹ ਦੇ ਉਹ ਚੋਰੀ ਹੋ ਗਿਆ ਜੀ, 1.5-2 ਲੱਖ ਰੁਪਏ ਦੇ ਨੀਅਰ ਅਬਾਊਟ ਸੀ, 2 ਲੱਖ ਦੇ ਕਰੀਬ। CCTV ਫੁਟੇਜ ਸਰ ਆਏ ਸੀ ਕੋਤਵਾਲੀ ਤੋਂ, SHO ਸਾਹਿਬ ਵੀ ਆਏ ਸੀ ਕੋਤਵਾਲੀ ਤੋਂ, ਆਈ ਸੀ ਟੀਮ, ਅਤੇ ਪੈਨ ਡਰਾਈਵ ਦੇ ਵਿੱਚ ਉਹਨਾਂ ਨੇ ਡਾਊਨਲੋਡ ਕਰਕੇ ਦੇ ਰਹੇ ਹਾਂ ਜੀ CCTV ਫੁਟੇਜ ਦੇ ਵਿੱਚ। CCTV 'ਚ ਕਿੰਨੇ? CCTV ਫੁਟੇਜ ਦੇ ਵਿੱਚ ਫਿਲਹਾਲ ਤਾਂ ਦੇਖਿਆ ਜੀ 1 ਹੀ ਆ ਹਾਲੇ ਡਾਊਨਲੋਡ 'ਤੇ ਲਾਈ ਹੋਈ ਹੈ, ਬਾਕੀ SHO ਸਾਹਿਬ ਉਹਨੂੰ ਵੈਰੀਫਾਈ ਕਰਨਗੇ ਜੀ। ਸਕਿਉਰਟੀ ਹੁੰਦਾ ਜੀ, ਸਕਿਉਰਟੀ ਗਾਰਡ ਦਿਨ 'ਚ ਹੁੰਦਾ ਜੀ, ਰਾਤ ਨੂੰ ਸਕਿਉਰਟੀ ਗਾਰਡ ਨਹੀਂ ਆ, ਕਿਉਂਕਿ ਅੰਦਰ ਹੋਣ ਕਰਕੇ ਇੱਥੇ ਕਮੇਟੀ ਦੇ, ਇੱਕ ਵਾਰੀ ਮੌਕਾ ਦੇਖ ਜਾਣਾ, ਉਹ ਤੋਂ ਬਾਅਦ ਅਸੀਂ ਮੈਨੇਜਮੈਂਟ ਨੂੰ ਉੱਪਰ ਜਦੋਂ ਟੀਮ ਆ ਗਈ, ਪੁਲਿਸ ਟੀਮ ਆ ਕੇ ਚੈੱਕ ਕਰ ਲਾਂਗੇ FIR ਤੋਂ ਬਾਅਦ, ਅਤੇ ਮੈਨੇਜਮੈਂਟ ਨੂੰ ਅਸੀਂ ਇਨਫੋਰਮ ਕਰ ਦਾਂਗੇ, ਅਤੇ ਉਹ ਨਵਾਂ ਸਮਾਨ ਭੇਜ ਦੇਣਗੇ ਅਤੇ ਲੋਕਾਂ ਦਾ ਕੰਮ ਸ਼ੁਰੂ ਕਰ ਦਾਂਗੇ। ਦੇਖੋ ਉਹਨਾਂ ਨੇ ਕੰਪਲੇਂਟ ਕੀਤੀ ਹੈ ਵੀ ਉਹਨਾਂ ਦੇ ਕੋਈ 3 LCD ਸੀ ਕੰਪਿਊਟਰ ਦੀਆਂ, 3 ਕਿਲਾਰ, ਅਤੇ ਮੌਕੇ 'ਤੇ ਗਏ ਆ, ਮੌਕੇ ਦੇ ਮੁਤਾਬਕ ਜਿਹੜੇ ਆ ਕੋਈ ਭੰਨ ਤੋੜ ਜਾਂ ਕੋਈ ਲੌਕ ਦਾ ਟੁੱਟਿਆ ਜਾਣਾ, ਹੋਰ ਦਰਵਾਜ਼ਾ ਟੁੱਟਿਆ ਹੋਣਾ ਨਹੀਂ ਪਾਇਆ ਗਿਆ, ਉਹ ਪੜਤਾਲ ਕਰਦੇ ਹਾਂ,
ਅਗਰ ਕੋਈ ਫੈਕਟ ਸਾਹਮਣੇ ਆਉਂਦੇ ਨੇ ਤਾਂ ਬਣਦੀ ਕਾਰਵਾਈ ਵਿੱਚ ਲਵਾਂਗੇ। ਮੁਜਰਮ ਸੀ ਸੀ ਟੀ ਵੀ ਵਿੱਚ ਆਇਆ ਚੋਰੀ ਕਰਦਾ? ਨਹੀਂ, ਹਜੇ ਉਹ ਦੇਖਣੇ, ਉਹ ਪਿੰਡ ਵਿੱਚ ਗਿਆ, ਉਹਨੂੰ ਸਾਰੀ ਰਿਕਾਰਡ ਦਿਓ, ਕਿਉਂਕਿ ਆਲਰੇਡੀ ਉਹ ਜਿਹੜਾ ਕਮੇਟੀ ਹੈ ਉਹਦੇ ਵਿੱਚ ਚੌਂਕੀਦਾਰ ਹੁੰਦਾ ਦਿੱਲੀ ਡੈਕ, ਉਹ ਚੌਂਕੀਦਾਰ ਜਾਂਦਾ, ਚੌਂਕੀਦਾਰ ਜਾ ਕੇ ਪੁੱਛਗਿੱਛ ਕਰ ਰਿਹਾ, ਸਹੀ ਫੈਕਟ ਹੋਣਗੇ ਸਮਝ ਰੱਖਾਂਗੇ, ਅਤੇ ਜੇ ਅਗਰ ਚੋਰੀ ਦਾ ਮਾਮਲਾ ਪੈ ਜਾਂਦਾ ਤਾਂ ਕੇਸ ਰਜਿਸਟਰ ਕਰਾਂਗੇ। ਅੱਜ ਉੱਤਰ ਭਾਰਤ ਵਿੱਚ ਛੱਠ ਪੂਜਾ ਕੀਤੀ ਗਈ। ਇਸੇ ਤਰ੍ਹਾਂ ਸਮਾਣਾ ਵਿੱਚ ਪ੍ਰਵਾਸੀ ਭਾਈਚਾਰੇ ਵੱਲੋਂ ਪਾਣੀ ਵਿੱਚ ਖੜੇ ਹੋ ਕੇ ਢਲਦੇ ਸੂਰਜ ਨੂੰ ਜਲ ਭੇਂਟ ਕੀਤਾ। ਸਮਾਣਾ ਤੋਂ ਵਿਧਾਇਕ ਰਜਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਲੋਕਾਂ ਨੂੰ ਵਧਾਈ ਦਿੱਤੀ। ਛੱਠ ਪੂਜਾ ਜੈਸੇ ਲੜਕੇ ਕੇ ਲੀਏ ਕੀਆ ਜਾਤਾ ਹੈ, ਪਤੀ ਕੇ ਲੀਏ ਕੀਆ ਜਾਤਾ ਹੈ, ਕੋਈ ਕੋਈ ਵੀ ਮੰਨਤ ਆਪਕਾ ਪੂਰਾ ਹੋ ਜਾਤਾ ਹੈ ਉਸਕੇ ਲੀਏ ਕੀਆ ਜਾਤਾ ਹੈ। ਵਰਤ ਵਗੈਰਾ ਵੀ ਕਰਤੇ ਹੈ? ਹਾਂ। ਕਿਤਨੇ ਦਿਨ ਵਰਤ ਹੋਤਾ ਹੈ? ਇਹ 3 ਦਿਨ ਕਾ ਵਰਤ ਹੋਤਾ ਹੈ। ਆਜ ਕਿਆ ਕਾਰਜਕ੍ਰਮ ਹੈ? ਆਜ ਮਤਲਬ ਆਜ 24 ਘੰਟੇ ਕਾ ਹੈ, ਕੱਲ ਮਤਲਬ 12 ਘੰਟੇ ਕਾ ਥਾ, ਸੋਮਵਾਰ ਕੋ ਨਹਾ ਖਾ ਬੋਲਤੇ ਹੈ ਉਸਕੋ। ਆਜ ਯਹਾਂ ਕਿਆ ਕੀਆ ਜਾਏਗਾ? ਆਜ ਛੱਠ ਪੂਜਾ ਹੈ, ਛੱਠੀ ਮਾਂ ਕੋ ਅਰਦਾਸ ਕਰੇਂਗੇ ਬੈਠ ਕੇ ਯਹਾਂ ਪੇ, ਔਰ ਪੂਜਾ ਊਜਾ ਕਰੇਂਗੇ ਆਪਣਾ। ਜਲ ਕਿਸਕੋ ਦੇਂਗੇ ਆਪ? ਸੂਰਜ ਭਗਵਾਨ ਕੋ ਜਲ ਦੇਂਗੇ। ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਗੱਤਕਾ ਮੁਕਾਬਲਾ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਅਕੈਡਮੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਗੱਤਕਾ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਏ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਮਕਸਦ ਨਾਲ ਇਹ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿੱਚ ਪ੍ਰਤੀਯੋਗੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੋਰਨਾਂ ਖੇਡਾਂ ਵਾਂਗ ਗੱਤਕਾ ਮੁਕਾਬਲਿਆਂ ਨੂੰ ਵੀ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਪੱਛਮੀ ਸੱਭਿਆਚਾਰ ਵੱਲ ਜਾ ਰਹੇ ਨੌਜਵਾਨਾਂ ਨੂੰ ਸਿੱਖ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਨਾਲ ਜੋੜਿਆ ਜਾ ਸਕੇ। ਦੇਖੋ ਜੀ, ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਇੱਕ ਤਾਂ ਪਰਮਾਤਮਾ ਨਾਲ ਜੁੜਨਾ ਸਾਨੂੰ ਜ਼ਰੂਰੀ ਹੈ, ਉਹ ਗੁਰੂ ਦਾ ਹੁਕਮ ਹੈ। ਹਾਂਜੀ, ਜਿੱਥੇ ਆਪਾਂ ਪਰਮਾਤਮਾ ਨਾਲ ਜੁੜਨਾ ਉੱਥੇ ਕਿਰਤ ਵੀ ਕਰਨੀ ਹੈ। ਵਾਧੂ ਐਜੂਕੇਸ਼ਨ, ਪੜ੍ਹਾਈ, ਪੜ੍ਹਾਈ ਕਰੋ, ਔਰ ਇੱਥੋਂ ਪੜ੍ਹਾਈ ਕਰਕੇ ਹੀ ਉਹਦੇ 'ਚੋਂ ਫਿਰ ਆਪਾਂ ਉਹੋ ਜਿਹੇ ਇਨਸਾਨ ਪੈਦਾ ਕਰੀਏ। ਹਾਂਜੀ, ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਆਫਿਸਰਸ, ਕਿਡਨੀਆਂ ਵੇਚਣ ਵਾਲੇ ਡਾਕਟਰ ਨਹੀਂ, ਬੇਈਮਾਨ ਜੱਜ ਨਹੀਂ। ਜਦੋਂ ਉਹ ਪਰਮਾਤਮਾ ਨਾਲ ਜੁੜੇ ਹੋਣਗੇ ਉਹ ਫਿਰ ਇਮਾਨਦਾਰ ਹੀ ਹੋਣਗੇ। ਇਸ ਚੀਜ਼ ਦੀ ਘਾਟ ਹੈ ਸਾਡੇ ਪੰਜਾਬ ਵਿੱਚ, ਮੈਂ ਦੇਖ ਲਿਆ। ਅੱਜ ਡਾਕਟਰ ਤਾਂ ਬਹੁਤ ਹੈ ਪਰ ਕਿਡਨੀਆਂ ਵੇਚਣ ਵਾਲੇ, ਜੱਜ ਤਾਂ ਬਹੁਤ ਹੈ ਪਰ ਮਾਫ਼ ਕਰਨਾ ਮੇਰੇ ਵਰਗੇ ਬੇਈਮਾਨ, ਇਸ ਚੀਜ਼ ਦੀ ਲੋੜ ਨਹੀਂ, ਸਾਨੂੰ ਘਾਟ ਹੈ ਸਾਡੀ। ਸੋ ਬੱਚਿਆਂ ਨੂੰ ਆਪਾਂ ਗੁਰਮਤ ਨਾਲ ਵੀ ਜੋੜਨਾ, ਔਰ ਜਿੱਥੇ ਗੁਰਮਤ ਨਾਲ ਜੋੜਨਾ ਉੱਥੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਣੀ ਹੈ। ਔਰ ਮੈਂ ਐਜੂਕੇਸ਼ਨ ਉੱਤੇ ਬਹੁਤ ਜ਼ਿਆਦਾ ਕੰਸਟਰੇਟ ਕਰਨਾ ਚਾਹੁੰਦਾ। 100 ਸਕੂਲ ਮੈਂ ਘੱਟੋ ਘੱਟ ਖੋਲ੍ਹਣਾ ਚਾਹੁੰਦਾ ਜੇ ਮੈਨੂੰ ਗੁਰੂ ਸਾਹਿਬ 5-7 ਸਾਲ ਦੇ ਦੇਣ, ਅਤੇ 100 ਸਕੂਲ। ਇੱਕ ਸਕੂਲ ਮੈਂ ਖੋਲ੍ਹਿਆ ਜਰਮਨੀ ਤੋਂ, ਅਮੈਰੀਕਾ ਤੋਂ ਲੋਕ ਆਉਣਾ ਚਾਹੁੰਦੇ ਆ, ਕਹਿੰਦੇ ਅਸੀਂ ਪਿੰਡਾਂ ਦੇ ਬਾਹਰ ਇਹ ਸਕੂਲ ਖੋਲ੍ਹਣਾ ਚਾਹੁੰਦੇ ਹਾਂ। ਔਰ ਹੋਣਾ ਵੀ ਇੱਦਾਂ ਹੀ ਚਾਹੀਦਾ, ਬੱਚੇ ਵਿਚਾਰੇ ਨੂੰ ਪੜ੍ਹਾਈਆਂ ਕਰਾਈਏ ਨਾ, ਬੱਚਿਆਂ ਨੂੰ ਅੱਜ ਪੜ੍ਹਾਈ ਦੀ ਲੋੜ ਹੈ। ਐਜੂਕੇਸ਼ਨ ਦੇ ਨਾਲ ਸਾਰੀ ਗੱਲ ਬਣ ਸਕਦੀ ਹੈ, ਫਿਰ ਜਿੰਨੇ ਮਰਜ਼ੀ ਗੁਰਦੁਆਰੇ ਖੋਲ੍ਹੋ, ਜਿੰਨੇ ਮਰਜ਼ੀ ਲੰਗਰ ਹਾਲ ਬਣਾਓ, ਜਿੰਨੀ ਮਰਜ਼ੀ ਦੁਨੀਆ 'ਚ ਵਿਚਰ ਲਓ, ਐਜੂਕੇਸ਼ਨ। ਔਰ ਇਹ ਮੈਨੂੰ ਕਾਮਯਾਬ ਹੋਇਆ, ਮੇਰਾ ਬੇਟਾ ਕਾਮਯਾਬ ਹੈ ਇਸੇ ਚੀਜ਼ ਤਰੀਕੇ, ਤਾਂ ਇਹਨਾਂ ਬੱਚਿਆਂ ਨੂੰ ਆਪਣਾ ਪਰਿਵਾਰ ਸਮਝਦੇ ਮੈਂ ਇਹ ਸੇਵਾ ਕਰਦਾ ਵਾਂ। ਮੈਂ ਆਪਣੇ ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਣੇ ਜੋ ਅੱਜ ਬਰਨਾਲਾ ਜ਼ਿਲ੍ਹਾ ਦੇ ਵਿੱਚ ਡਿਸਟ੍ਰਿਕਟ ਗੱਤਕਾ ਚੈਂਪੀਅਨਸ਼ਿਪ ਹੋ ਰਹੀ ਹੈ, ਸੋ ਇਹਦੇ ਵਿੱਚ ਬਹੁਤ ਬੱਚਿਆਂ ਨੇ ਭਾਗ ਲਿੱਤਾ ਹੈ। ਸੋ ਬੇਨਤੀ ਹੈ ਬੱਚਿਆਂ ਨੂੰ, ਜੋ ਵੀ ਬੱਚੇ ਇਸ ਖੇਡ ਦੇ ਨਾਲ ਜੁੜੇ ਹਨ, ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜੋ ਕਿ ਬਾਣੇ ਦੇ ਵਿੱਚ ਬੱਚੇ ਆਉਂਦੇ ਹਨ, ਬਾਣੀ ਅਤੇ ਬਾਣੇ ਦੇ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਜਿਹੜੀ ਗੱਤਕਾ ਗੇਮ ਹੈ ਹੁਣ ਪ੍ਰਚਲਿਤ ਹੋ ਚੁੱਕੀ ਹੈ, ਅਤੇ ਇੰਟਰਵਰਸਿਟੀ ਇੰਟਰ ਕਾਲਜ ਦੇ ਵਿੱਚ ਵੀ ਇਹ ਗੇਮ ਚੱਲ ਰਹੀ ਹੈ। ਸੋ ਵੱਧ ਤੋਂ ਵੱਧ ਬੱਚੇ ਇਸ ਗੇਮ ਦੇ ਨਾਲ ਜੇਕਰ ਆਪਾਂ ਜੁੜੀਏ ਅਤੇ ਬਾਣੀ ਅਤੇ ਬਾਣੀ ਦੇ ਨਾਲ ਜੁੜੀਏ। ਸੋ ਮੇਰੀ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਕਿ ਜੋ ਜਿਵੇਂ ਕਿ ਹੋਰ ਗੇਮਾਂ ਦੇ ਵਿੱਚ ਉਹ ਵੱਧ ਤੋਂ ਵੱਧ ਪੈਸਾ ਲਗਾ ਰਹੇ ਹਨ, ਇਸ ਗੇਮ ਦੇ ਵਿੱਚ ਵੀ ਜੋ ਆਪਣੀ ਸਿੱਖ ਵਿਰਾਸਤ ਹੈ, ਸਿੱਖੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਵਰਸਾਈ ਖੇਡ ਹੈ, ਇਹਦੇ ਵਿੱਚ ਵੀ ਸਰਕਾਰ ਹੈ ਜਿਹੜੀ ਆਪਣੀ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਵੇ ਅਤੇ ਆਪਣੇ ਗੇਮ ਨੂੰ ਸਰਕਾਰ ਦੇ ਵੱਲੋਂ ਵੀ ਆਪਣੇ ਪ੍ਰਫੁੱਲਿਤ ਕਰੇ ਇਸ ਗੇਮ ਨੂੰ। ਭਾਰਤ ਦੀ ਸਭ ਤੋਂ ਵੱਡੀ ਈ ਕਾਮਰਸ ਵੈਬਸਾਈਟ ਫਲਿੱਪਕਾਰਟ ਦੇ ਸਹਿ ਸੰਸਥਾਪਕ ਅਤੇ ਗਰੁੱਪ CEO ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਏ। ਕੰਪਨੀ ਨੇ ਇੱਕ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਏ। ਕੰਪਨੀ ਨੇ ਕਿਹਾ ਕਿ ਬਿੰਨੀ ਕੰਪਨੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੰਪਨੀ ਦਾ ਅਹਿਮ ਹਿੱਸਾ ਰਹੇ ਹਨ। ਦੱਸਣਯੋਗੇ ਕਿ ਬਿੰਨੀ ਬਾਂਸਲ ਖਿਲਾਫ਼ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਏ। ਅਤੇ ਜ਼ੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।